बरनाला में आवारा पशुओं की भरमार के चलते आए दिन कोई ना कोई हादसा होता रहता है। बीती रात भी मुख्य मार्ग बरनाला चंडीगढ़ हाईवे पर दो आवारा पशु किसी अज्ञात वाहन से टकराने से गंभीर घायल हो गए। इसके अलावा एक गाड़ी की पशु के टकराने से दुर्घटना सामने आई, जिसमें गाड़ी सवार चार लोग घायल हो गए। इसी संदर्भ में बरनाला शहरवासियों का एक वफद नगर कौंसिल बरनाला को मिला। शहरवासियों की नाराजगी थी कि सरकार काओ सेस के नाम पर करोड़ों रुपए इकट्ठा कर रही है, परंतु इस गंभीर समस्या पर राज्य सरकारें और जिला प्रशासन कोई भी ध्यान नहीं दे रहे। बरनाला के हर तरफ अगर नजर दौड़ाई जाए तो हर जगह इन आवारा पशुओं का जमावड़ा नजर आता है। रात होते ही इन पशुओं का शहर पर कब्जा हो जाता है। शहर के हर मोहल्ले में ये पशु जानवर आपस में लड़ते भिड़ते नजर आते हैं। वहीं दुर्घटनाओं के बारे में भी जानकारी देते गोरक्षक और शहरवासियों ने नगर कौंसिल अधिकारी को इस समस्या का समाधान करने की बात कही और ये चेतावनी भी दी कि अगर जल्द इस समस्या का हल नहीं किया गया एवं इन पशुओं को पकड़कर गौशालाओं में ना भेजा गया तो वह इन पशुओं को पकड़कर DC बरनाला और नगर कौंसिल दफ्तर में ट्रक भरकर छोड़ जाएंगे। इस संबंध में नगर कौंसिल के मुख्य अधिकारी से बात हुई तो उनका कहना था कि अगर कोई समस्या इन पशुओं की वजह से आ रही है तो उनका हल किया जाएगा। पहले भी इन पशुओं को पकड़कर गौशालाओं में भेजा गया है और आगे भी इस समस्या को हल करने का शहरवासियों को आश्वासन दिया गया। बरनाला से हलचल के लिए विनोद शर्मा की रिपोर्ट। ये बेसहारा ते बेजबान जड़े पशु ने इन्हां वास्ते नगर कौंसिल बरनाला जिहड़े NGOs नाल मिल के जिवें गऊ सेवा दल हो गया उन्हां नाल मिल के पूरे उपराले कर रही है। गऊ सेवा दल नाल मिल के जिहड़ी गऊआं ने फटड़ हो जांदे ने उन्हां दी भी देखभाल गऊ सेवा दल वालों की जाती है। नगर कौंसल वालों एक गऊशाला अपने पद्धर ते उरे चलाई जाती है जिहदे विच 100 दी लगभग कपैसिटी हैगी है ते उहदे विच घट्टो घट्ट भी 70-80 बेसहारा पशु इस टाइम ਉੱਥੇ ਮੌਜੂਦ ਨੇ ਅਤੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਨਗਰ ਕੌਂਸਲ ਖੁਦ ਵੱਲੋਂ ਕਰਦੀ ਹੈਗੀ ਹੈ। ਇਸ ਤੋਂ ਇਲਾਵਾ ਜਿਹੜੀ ਮਨਾਲ ਗਊਸ਼ਾਲਾ ਹੈਗੀ ਹੈ ਉੱਥੇ ਵੀ ਨਗਰ ਕੌਂਸਲ ਬਰਨਾਲਾ ਵੱਲੋਂ ਮੈਂ ਪਤਾ ਕਰਿਆ ਤਾਂ ਪਿਛਲੇ 4-5 ਮਹੀਨਿਆਂ ਦੇ ਵਿੱਚ ਘੱਟੋ ਘੱਟ 350 ਪਸ਼ੂ ਜਿਹੜਾ ਹੈਗਾ ਬੇਸਹਾਰਾ ਪਸ਼ੂ ਫੜ ਕੇ ਉੱਥੇ ਛੱਡਿਆ ਗਿਆ ਅਤੇ ਉਹਨਾਂ ਦਾ ਜਿਹੜਾ ਹੈਗਾ ਖਰਚਾ ਜੋ ਵੀ ਬਣਦਾ ਹੈਗਾ ਸਰਕਾਰੀ ਹਦਾਇਤਾਂ ਮੁਤਾਬਕ ਉਹ ਵੀ ਪੇ ਕੀਤਾ ਹੋਇਆ। ਇਸ ਤਰੀਕੇ ਨਾਲ ਜਦੋਂ ਕਿਤੇ ਵੀ ਕੋਈ ਸਾਹਮਣੇ ਆਉਂਦੀ ਹੈ ਉਹਦੇ ਵਾਸਤੇ ਸਪੈਸ਼ਲ ਮੁਹਿੰਮ ਚਲਾ ਕੇ ਬੇਸਹਾਰਾ ਪਸ਼ੂਆਂ ਨੂੰ ਉਹਨਾਂ ਦੇ ਗਊਸ਼ਾਲਾ ਦੇ ਵਿੱਚ ਕਿਤੇ ਨਾ ਕਿਤੇ ਛੱਡਣ ਦੇ ਉਪਰਾਲੇ ਨਗਰ ਕੌਂਸਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ। ਪਰ ਨਾਲ ਦੀ ਨਾਲ ਅਸੀਂ ਉਪਰਾਲੇ ਵੀ ਇਹਦੇ ਵਿੱਚ ਕਰਦੇ ਹਾਂ ਕਿ ਐਮਰਜੈਂਸੀ ਤੌਰ 'ਤੇ ਜੇ ਕੋਈ ਇੱਦਾਂ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਗਊਸ਼ਾਲਾ ਦੇਵਾ ਸੇਵਾ ਦਲ ਜਿਹੜਾ ਹੈ ਸਾਡੇ ਨਾਲ ਮੋਢੇ ਨਾਲ ਮੋਢਾ ਲਾਏ ਖੜ੍ਹਾ ਹੈ। ਅਸੀਂ ਬਿਲਕੁਲ ਉਹਨਾਂ ਨੇ ਕਦੇ ਵੀ ਸਾਡਾ ਇੱਕ ਫੋਨ ਚੱਕਦੇ ਨੇ ਪਹਿਲੇ ਫੋਨ 'ਤੇ ਉਹ ਭੱਜੇ ਆਉਂਦੇ ਨੇ ਕੰਮ ਕਰਨ ਵਾਸਤੇ ਅਤੇ ਪ੍ਰਸ਼ਾਸਨ ਵੀ ਜੇ ਕੋਈ ਇੱਦਾਂ ਦੇ ਪਸ਼ੂਆਂ ਨੂੰ ਹੁਣ ਫੜ ਕੇ ਛੱਡਣ ਦੀ ਗੱਲ ਹੈ ਤਾਂ ਉਹਦੇ ਵਾਸਤੇ ਤੇਜ਼ੀ ਲਿਆਂਦੀ ਜਾਵੇਗੀ। ਦਿੱਕਤ ਇਹ ਆ ਵੀ ਅਸੀਂ ਵੀ ਹੁਣ EU ਸਾਹਿਬ ਨਾਲ ਗੱਲਬਾਤ ਕੀਤੀ ਹੈ, ਇਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਅਸੀਂ ਵੀ ਜਿੰਨੀ ਵੀ ਸ਼ਹਿਰ ਦੇ ਵਿੱਚ ਗਊਆਂ ਨੇ ਅਸੀਂ ਉਹਨਾਂ ਦਾ ਕੋਈ ਅਰੇਂਜਮੈਂਟ ਕਰਾਂਗੇ, ਪਰ ਸਾਨੂੰ ਇਹ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਹੈਗਾ। ਤੁਸੀਂ ਦੇਖੋ ਹਜ਼ਾਰਾਂ ਪਸ਼ੂ ਜੋ ਸ਼ਹਿਰ ਬਰਨਾਲੇ ਦੇ ਵਿੱਚ ਥਾਂ ਥਾਂ 'ਤੇ ਸਾਡੇ ਕੋਲ ਉਹਨਾਂ ਦੀ ਵੀਡੀਓ ਵੀ ਹੈਗੀਆਂ ਨੇਗੀਆਂ, ਸਾਨੂੰ ਕੋਈ ਕਾਲ ਵੀ ਕਰਦਾ ਰਾਤ ਨੂੰ ਅਸੀਂ ਉਹਦਾ ਜਾ ਕੇ ਟ੍ਰੀਟਮੈਂਟ ਕਰਦਾ, ਲੱਖਾਂ ਜਾਨਾਂ ਇਹਨਾਂ ਕਰਕੇ ਪਸ਼ੂਆਂ ਕਰਕੇ ਜਾ ਰਹੀਆਂ ਨੇ, ਪ੍ਰਸ਼ਾਸਨ ਦੀ ਕਿਸੇ ਕਿਸਮ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਇੰਨਾ ਕਾਓ ਸੈਸ ਦਾ 2-2, 3-3 ਰੁਪਈਏ ਹਰ ਇੱਕ ਟ੍ਰੇਡ ਦੇ ਵਿੱਚ ਲਿੱਤਾ ਜਾਂਦਾ ਹੈ, ਲੱਖਾਂ ਪੈਸਾ ਇਹ ਪ੍ਰਸ਼ਾਸਨ ਖਾਂਦਾ ਹੈ, ਕਿਸੇ ਵੀ ਗਊਸ਼ਾਲਾ 'ਤੇ ਨਹੀਂ ਲੱਗ ਰਿਹਾ, ਕਿਸੇ ਵੀ ਹਾਲਾਤਾਂ ਦੇ ਵਿੱਚ ਕੋਈ ਨੁਕਸਾਨ ਦੇ ਜਾਲੀ ਮਾਲ ਹੋ ਸਕਦਾ। ਆਪਣੇ ਇੱਥੇ ਜੰਡਾਲੇ ਮੰਦਰ ਕੋਲ, ਅਗਰਸੈਨ ਚੌਂਕ ਕੋਲ, ਦਾਣਾ ਮੰਡੀ ਕੋਲ 25-25, 30-30 ਗਊਆਂ ਦਾ ਝੁੰਡ ਬਣਾ ਕੇ ਖੜ੍ਹਾ ਰਹਿੰਦਾ ਹੈਗਾ, ਕਿਸੇ ਕਿਸਮ ਦੀ ਕੋਈ ਉਹਨਾਂ ਦਾ ਵਿਵਸਥਾ ਨਹੀਂ ਹੁੰਦੀ। ਸਰ ਮੰਗ ਇਹੀ ਕਰਦੇ ਹਾਂ ਜੇ ਇਹ ਤੁਸੀਂ ਦੇਖੋ ਪ੍ਰਸ਼ਾਸਨ ਨਹੀਂ ਜ਼ਿੰਮੇਵਾਰੀ ਲਵਾਂਗੇ ਲੈਣਗੇ ਤਾਂ ਉਦੋਂ ਬਾਅਦ ਅਸੀਂ ਸਾਰੇ ਇਹ ਟਰੱਕ ਭਰ ਕੇ ਜਾਂ ਤਾਂ ਅਸੀਂ DC ਆਫਿਸ 'ਚ ਲੈ ਕੇ ਜਾਵਾਂਗੇ, ਨਹੀਂ ਤਾਂ ਮੰਨ ਕੇ ਚਲੋ ਕਮੇਟੀ ਦੇ ਵਿੱਚ ਸਾਡਾ ਸਿਸਟਮ ਤਿਆਰ।